सचखंड श्री हरिमंदर साहिब दे विच वड्डी गिनती दे विच संगतां रोजाना आउंदियां ने। गर्मी दे मौसम दे विच भी संगतां जिहड़ियां रोजाना गुरु घर दे विच नतमस्तक होण दे लई पहुंच रहियां ते श्रोमणी कमेटी वल्लों इस दे लई वड्डे पद्धर दे प्रबंध कीते जांदे ने, क्योंकि पत्थर परिक्रमा दे विच जो पत्थर है गर्मी दे विच काफी तपदा है। अजिहे दे विच जो टाट लगा के श्रोमणी गुरुद्वारा प्रबंधक कमेटी उह टाट विछाए ने, इन्हां दे पाणी दा छिड़का एक एक डेढ़ डेढ़ घंटे बाद लगातार किया जाता है, क्योंकि ज्यादा गर्मी करके टाट जो ने ओ टाट भी गर्म हो जाते हैं। श्रोमणी कमेटी वालों जिहड़े संगतां दे लई वड्डे पद्धर दे प्रबंध किए गए हैं, उन्होंने एक प्रबंध यह भी है कि जो संगतां रोजाना गुरु घर दे विच दर्शन करने लई पहुंच रही ने, क्योंकि अप्रैल महीने दे विच इस बार जिहड़ी तिखी गर्मी पैनी शुरू हो गई है। आम तौर पर मई के शुरुआती जां अध दे विच गर्मी पिछले समय दे विच पै रही थी, पर इस बार श्रोमणी गुरुद्वारा प्रबंधक कमेटी ने जिवें ही गर्मी अप्रैल के अध दे विच ही पैनी शुरू हुई तो जिहड़े एडवांस प्रबंध सी श्रोमणी कमेटी वालों किए गए, लगातार सेवादारां दी ड्यूटी लगाई गई है। परिक्रमा दे विच चार कोनियां दे उत्ते जिथे सेवादार लगातार गुरु घर दे जिवें संगत जिहड़ी आउंदी है इन्हां दे पैरां नूं जिहड़े क्यों कोई गर्मी ना लगे जां पैरां दे उत्ते आम तौर ते छाले भी पै जांदे ने, अजिहे तों बचाव दे लई श्रोमणी कमेटी संगतां नूं राहत देण दे लई टाट दे उत्ते लगातार पाणी दा छिड़का करदी रहिंदी है। जिवें कि मैनेजर साहिब ने दस्सिया कि संगतां ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਤਾਂ ਇਹ ਲਗਾ 3 ਵਜੇ ਤਾਂ ਸਾਰੇ ਪੱਥਰ ਨੂੰ ਹੀ ਧੋ ਦਿੱਤਾ ਜਾਂਦਾ ਹੈ ਸਾਰੇ ਪੱਥਰ ਦੇ, ਕਿਉਂਕਿ ਰਾਤ ਜਿਹੜੀ ਹੈ ਉਸ ਜਿਹੜਾ ਪੱਥਰ ਠੰਡਾ ਹੋ ਜਾਂਦਾ ਹੈ, ਪਰ ਅਜਿਹੇ ਦੇ ਵਿੱਚ ਇੱਕ ਇੱਕ ਡੇਢ ਡੇਢ ਘੰਟੇ ਬਾਅਦ ਦੋ ਦੋ ਘੰਟੇ ਬਾਅਦ ਸੰਗਤਾਂ ਨੂੰ ਮੁਸ਼ਕਲ ਨਾ ਆਵੇ ਤਾਂ ਪਾਣੀ ਜਿਹੜਾ ਲਗਾਤਾਰ ਉਹਦਾ ਛਿੜਕਾਅ ਕੀਤਾ ਜਾਂਦਾ ਹੈ, ਪਾਣੀ ਤਰੋਂਕਿਆ ਜਾਂਦਾ ਹੈ। ਤਾਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੇਵਾਦਾਰ ਸ਼੍ਰੋਮਣੀ ਕਮੇਟੀ ਦੇ ਜਲ ਦਾ ਪਾਣੀ ਦਾ ਛਿੜਕਾਅ ਕਰ ਰਹੇ ਨੇ ਸੰਗਤਾਂ ਨੂੰ ਕਿਸੇ ਕਿਸਮ ਦੀ। ਤਾਂ ਹੋਰ ਸੇਵਾਦਾਰ ਵੀ ਲੋਕ ਜਿਹੜੇ ਤੇ ਸੇਵਾ ਵੀ ਕਰਨ ਆਉਂਦੇ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ 'ਚ, ਉਹ ਵੀ ਅਜਿਹੇ ਪਵਿੱਤਰ ਕਾਰਜ ਦੇ ਵਿੱਚ ਆਪਣਾ ਸਹਿਯੋਗ ਦਿੰਦੇ ਨੇ। ਗਰਮੀ ਇੰਨੀ ਜ਼ਿਆਦਾ ਹੈ ਕਿ ਆਮ ਤੌਰ 'ਤੇ ਪੱਥਰ ਦੇ ਉੱਤੇ ਜਿਹੜਾ ਪੈਰ ਆ ਪੈਰ ਵੀ ਨਹੀਂ ਰੱਖਿਆ ਜਾ ਰਿਹਾ, ਤਾਂ ਇਹ ਪ੍ਰਬੰਧ ਨੇ। ਇਸ ਤੋਂ ਇਲਾਵਾ ਗਰਮੀ ਦੀ ਜੇ ਗੱਲ ਕੀਤੀ ਜਾਵੇ ਤਾਂ ਦਰਸ਼ਨੀ ਡਿਊਟੀ ਦੇ ਵਿੱਚ ਸੰਗਤਾਂ ਨੂੰ ਗਰਮੀ ਕਰਕੇ ਹੁਮਸ ਨਾ ਹੋਵੇ, ਹਿਊਮਿਡਿਟੀ ਨਾ ਹੋਵੇ, ਤਾਂ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਲਗਾਤਾਰ ਉੱਥੇ ਵੀ ਪਾਣੀ ਜਿਹੜਾ ਪਾਣੀ ਦੀ ਵਿਵਸਥਾ ਕੀਤੀ ਗਈ ਹੈ, ਜੋ ਸੇਵਾਦਾਰ ਉਹਨਾਂ ਨੂੰ ਲਗਾਤਾਰ ਪਾਣੀ ਸੰਗਤਾਂ ਨੂੰ ਜਲ ਛਕਾਉਂਦੇ ਨੇ। ਹਾਲਾਂਕਿ ਚਾਨਣੀਆਂ ਉੱਪਰ ਚਾਨਣੀਆਂ ਨਾਲ ਦਰਸ਼ਨੀ ਡਿਊਟੀ ਦੇ ਬਾਹਰ ਵਾਲੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਵੱਡੇ ਵੱਡੇ ਕੂਲਰ ਲਗਾਏ ਗਏ ਨੇ, ਪੱਖੇ ਲਗਾਏ ਗਏ ਨੇ, ਤਾਂ ਕਿ ਸ਼੍ਰੋਮਣੀ ਜਿਹੜੇ ਸੰਗਤ ਹੈ ਉਹਨਾਂ ਨੂੰ, ਕਿਉਂਕਿ ਖੜ੍ਹਨਾ ਪੈਂਦਾ ਹੈ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਦੇ ਲਈ, ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਅਜਿਹੇ ਦੇ ਵਿੱਚ ਪੱਖਾ ਉੱਪਰ ਪੱਖਿਆਂ ਦੀ ਵਿਵਸਥਾ ਕੀਤੀ ਗਈ ਹੈ। ਤਾਂ ਅਜਿਹੇ ਤਮਾਮ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਦੁਆਰ ਨੇ, ਤਾਂ ਇਸ ਤਰ੍ਹਾਂ ਦੇ ਹੋਰ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਨੇ, ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ, ਤਾਂ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਅਜਿਹੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗੀ ਵਿਵਸਥਾ ਹਰ ਵਾਰ ਕਰਦੀ ਹੈ। ਤਾਂ ਚਾਨਣੀਆਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਇਸ ਜਗ੍ਹਾ ਦੇ ਉੱਤੇ ਲਗਾਈਆਂ ਗਈਆਂ ਨੇ ਦਰਸ਼ਨੀ ਡਿਊੜੀ ਦੇ ਵਿੱਚ ਦਰਸ਼ਨ ਕਰਨ ਦੇ ਲਈ ਸੰਗਤਾਂ ਨੂੰ ਕਿਸੇ ਕਿਸਮ ਦੀ ਹੁੰਮਸ ਨਾ ਆਵੇ। ਤਾਂ ਇਸ ਪਾਸੇ ਜਲ ਦੀ ਸੇਵਾ ਇਸ ਜਗ੍ਹਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲਗਾਈ ਹੈ। ਆਮ ਤੌਰ 'ਤੇ ਚਾਰੇ ਹੀ ਪਰਿਕਰਮਾ ਦੇ ਵਿੱਚ ਚਾਰੇ ਸਥਾਨਾਂ ਦੇ ਉੱਤੇ ਛਬੀਲ ਜਿਹੜੀ ਉਹ ਲੱਗੀ ਰਹਿੰਦੀ ਹੈ, ਪਰ ਪਰਿਕਰਮਾ ਦੇ ਵਿੱਚ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦਰਸ਼ਨ ਡਿਊਟੀ 'ਤੇ ਜਦੋਂ ਸੰਗਤ ਜਾਂਦੀ ਹੈ ਤਾਂ ਕੁਝ ਸਮਾਂ ਉਹਨਾਂ ਨੂੰ ਇੰਤਜ਼ਾਰ ਇੱਥੇ ਕਰਨਾ ਪੈਂਦਾ ਹੈ। ਤਾਂ ਅਜਿਹੇ ਦੇ ਵਿੱਚ ਜਲ ਦੀ ਸੇਵਾ ਕੀਤੀ ਜਾਂਦੀ ਹੈ। ਕਨਾਤਾਂ ਬਕਾਇਦਾ ਲਗਾਈ ਗਏ ਨੇ, ਵੱਡੇ ਪੱਖੇ ਜਿਹੜੇ ਪਾਣੀ ਵੀ ਛੱਡਦੇ ਨੇ, ਤਾਂ ਕਿ ਇੱਕ ਗਰਮੀ ਮਹਿਸੂਸ ਨਾ ਹੋਵੇ, ਮੌਸਮ ਜਿਹੜਾ ਠੰਡਕ ਜਿਹੜੀ ਆ ਬਣੀ ਰਹੇ। ਤਾਂ ਇਸ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਸਥਾ ਕਰਦੀ ਹੈ। ਟਾਟ ਜਿਵੇਂ ਕਿ ਅਸੀਂ ਤੁਹਾਨੂੰ ਦਿਖਾਇਆ ਕਿ ਟਾਟ ਵੀ ਕਮੇਟੀ ਵੱਲੋਂ ਲਗਾਏ ਨੇ, ਅਤੇ ਨੀਚੇ ਲਗਾਤਾਰ ਪਾਣੀ ਵੀ ਇਸ ਪਾਸੇ ਦੇਖ ਸਕਦੇ ਹੋ ਕਿ ਪਾਣੀ ਵੀ ਲਗਾਤਾਰ ਧਰੋਂਕਿਆ ਜਾ ਰਿਹਾ, ਕਿਉਂਕਿ ਪੱਥਰ ਗਰਮ ਜਿਹੜਾ ਲਗਾਤਾਰ ਹੋ ਜਾਂਦਾ, ਅਤੇ ਪੱਥਰ ਵੀ ਠੰਡਾ ਰਹੇ। ਅਜਿਹੇ ਦੇ ਵਿੱਚ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ, ਤਾਂ
इस बार गर्मी का मौसम एडवांस दे विच शुरू होण करके एडवांस शुरू होने के कारण संगत गुरु घर संगत पहुंच रही ने वड्डी संख्या दे विच। एतवार भी जिवें मैनेजर साहब ने दस्सिया कि जिवें जिवें संगत वड्डी संख्या च आउंदी है तां प्रबंध उवें उवें कर दित्ते जांदे ने। पखे भी तुसीं देख सकदे हो कि पखियां दे लगातार पखियां दे पाणी वाले पखे तां कूलर इस जगह दे उत्ते लगाए गए ने ता कि लगातार एक ठंडक बनी रहे गुरु घर दे विच। संगत हर वेले हजारां लखां दी गिनती दे विच नतमस्तक होण पहुंचदियां ने। श्रोमणी कमेटी ने भी यह गल कही है कि साड्या भी यह फर्ज बनता है कि संगतां नूं किसे किस्म की समस्या ना आवे। तो तस्वीरां दे विच तुसीं देख सकते हो कि संगतां नूं किसे किस्म की मुश्किल ना आवे तां प्रबंध कीते गए ने। इस जगह दे उत्तों संगतां श्री अकाल तख्त साहिब दे बिल्कुल सामने दर्शन ड्यूटी दे विच इस जगह तों कतार ते लग जांदियां ने। तां उहनां नूं कोई समस्या ना आवे तां इत्थों ही कूलर जिहड़े ने उह लगाए गए ने। तां सारे पासे परिक्रमा दे हर जगह दे उत्ते पखियां दी व्यवस्था है, पीण वाले पानी दी व्यवस्था है ते नाल ही वख-वख थावां दे उत्ते वड्डे पखे लगाए गए ने तां कि संगतां गुरु घर दे विच बिना गर्मी महसूस किए दर्शन कर सकन। तां सचखंड श्री हरिमंदर साहिब दीआं इस वक्त तस्वीरां तुसीं सिद्धियां देख सकदे हो। हालांकि गर्मी दा मौसम इस बार एडवांस शुरू होया है ते काफी लंबा चलेगा। इस प्रबंध सितंबर महीने तक इसे तरह ही चलते रहेंगे। सितंबर महीने तो बाद कुछ गर्मी मठी पैनी शुरू होंदी है। तकरीबन 5 महीने इस गर्मी का मौसम रहेगा। तो श्रोमणी कमेटी वालों इसे तरह ही व्यवस्था की जाएगी। गुरपुरब वाले दिन ते एतवार वाले दिनों दे विच इत्थे जो श्रद्धालु ने गुरपुरब वाले दिन संगत वड्डी संख्या च पहुंचदी है ते इस दे लई लगातार श्रोमणी कमेटी वालों वड्डे पद्धर ते व्यवस्था की जाती है। कैमरा परसन सिकंदर दे नाल गगनदीप शर्मा, एबीपी सांझा, अमृतसर। ਜੀ ਜੀ ਕਿੱਥੋਂ ਆਏ ਤੁਸੀਂ? ਬਰਨਾਲਾ ਜ਼ਿਲ੍ਹਾ ਜੀ। ਬਰਨਾਲਾ ਜ਼ਿਲ੍ਹੇ ਤੋਂ ਸਰ, ਜਿਹੜੀ ਗਰਮੀ ਦੇ ਵਿੱਚ ਵਿਵਸਥਾ ਕੀਤੀ, ਪ੍ਰਬੰਧ ਕੀਤੇ, ਕਿਵੇਂ ਦੇ ਪ੍ਰਬੰਧ ਨੇ? ਬਹੁਤ ਵਧੀਆ ਪ੍ਰਬੰਧ ਹੈ ਜੀ, ਬਹੁਤ ਵਧੀਆ। ਧੰਨਵਾਦ ਜੀ। ਕੀ ਪ੍ਰਬੰਧ ਨੇ? ਸਾਂ ਵਗੈਰਾ ਦਾ ਸਾਰਾ ਪ੍ਰਬੰਧ ਕਰਿਆ ਜੀ। ਜਲ ਵਗੈਰਾ 4 ਸਪੇਰੀ ਲੱਗਿਆ ਹੋਇਆ ਜੀ, ਸਮੀਲਾਂ ਲੱਗੀਆਂ ਹੋਈਆਂ, ਕੋਈ ਦਿੱਕਤ ਵਾਲੀ ਗੱਲ ਨਹੀਂ। ਮੇਰਾ ਨਾਮ ਰਜਿੰਦਰ ਸਿੰਘ ਜੀ। ਰਜਿੰਦਰ ਜੀ, ਤੁਸੀਂ ਕਿੱਥੋਂ ਆਏ ਹੋ? ਬਰਨਾਲੇ ਤੋਂ। ਕੀ ਕਹਿਣਾ ਚਾਹੁੰਦੇ, ਕਿਵੇਂ ਦੇ ਪ੍ਰਬੰਧ ਨੇ ਸ਼੍ਰੋਮਣੀ ਕਮੇਟੀ? ਨਹੀਂ, ਬਹੁਤ ਵਧੀਆ ਪ੍ਰਬੰਧ ਨੇ ਸ਼੍ਰੋਮਣੀ ਕਮੇਟੀ। ਕੋਈ ਸਾਨੂੰ ਇਹੋ ਜਿਹਾ ਨਹੀਂ, ਜਿੰਨੀ ਸੰਗਤ ਆ ਰਹੀ ਹੈ ਨੀ, ਸਾਰਿਆਂ ਲਈ ਛਾਇਆ ਮਾਣ ਨੇ। ਪਾਣੀ ਸਾਰੇ ਕਿਤੇ ਆਈ, ਬਾਕੀ ਲੰਗਰ ਦਾ ਤੁਹਾਨੂੰ ਪਤਾ ਹੀ ਹੈ ਜੀ, ਹੈ ਨਾ ਜੀ। ਕਦੇ ਗਰਮੀ ਦੇ ਕਿਹੜੇ ਕਿਹੜੇ ਪ੍ਰਬੰਧ ਵਧੀਆ ਲੱਗੇ? ਚਾਨਣੀਆਂ, ਕਨਾਤਾਂ, ਕੂਲਰ ਪੱਖੇ? ਹਾਂਜੀ, ਕੂਲਰਾਂ ਦੀ ਪੂਰੇ ਕੂਲਰ ਨੇ, ਚਾਨਣੀਆਂ, ਮੈਟ, ਸਭ ਕੁਛ ਹੈ ਜੀ ਇੱਥੇ। ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਜਿਹਦੇ ਨਾਲ ਸਾਨੂੰ ਸੰਗਤ ਨੂੰ ਪ੍ਰੋਬਲਮ ਆਵੇ। ਅਸੀਂ ਐਂ ਕਹਿੰਦੇ ਵੀ ਅਸੀਂ ਘਰੇ ਪ੍ਰੋਬਲਮ ਲਗਾਤਾਰ ਪਾਣੀ ਦਾ ਛਿੜਕਾਅ ਹੋ ਰਿਹਾ ਹੈ ਜੀ ਇੱਥੇ ਡਾਟਾ ਦੇ। ਨਹੀਂ, ਥੋੜ੍ਹਾ ਕਰ, ਹਾਂਜੀ, ਠੰਡੇ ਕਰਨੇ ਜ਼ਰੂਰੀ ਹੈ। ਹਾਂਜੀ। ਮੇਹਰ ਜੀ ਕਹਾਂ ਸੇ ਆਏ? ਆਗਰਾ ਤੋਂ। ਮੇਹਰ ਜੀ, ਗਰਮੀ ਕੇ ਮੌਸਮ ਮੇਂ ਜਿਸ ਤਰ੍ਹਾਂ ਕੀ ਵਿਵਸਥਾ ਕੀ ਗਈ ਐਸਜੀਪੀਸੀ ਕੇ ਦੁਆਰਾ, ਕਿਆ ਕਹਿਣਾ ਚਾਹਤੇ, ਕਿਸ ਤਰ੍ਹਾਂ ਕੇ ਪ੍ਰਬੰਧ ਲਗੇ? ਜੀ, ਬਹੁਤ ਵਧੀਆ ਪ੍ਰਬੰਧ ਕਰੇ ਗਏ ਹੈ। ਮਤਲਬ ਯਹਾਂ ਆਤੇ ਹੀ ਹਰ ਜਗ੍ਹਾ ਪ੍ਰੋਪਰ ਮੈਟਰਸ ਡਾਲੇ ਹੋਏ ਹੈ ਇਹਨਾਂ ਨੇ, ਉਸ ਪਰ ਪ੍ਰੋਪਰ ਪਾਣੀ ਦਾ ਛਿੜਕਾਅ ਹੈਗਾ, ਠੰਡਾ ਪਾਣੀ ਹਰ ਤਰਫ ਹਮਕੋ ਮਿਲ ਰਹਾ ਹੈ, ਪ੍ਰੋਪਰ ਕੂਲਰ ਹੈ, ਪੰਖੇ ਲਗਾਏ ਹੋਏ ਹੈ ਹਰ ਜਗ੍ਹਾ, ਮਤਲਬ ਆਲਮੋਸਟ ਕਾਫੀ ਜਗ੍ਹਾ ਪੇ ਸ਼ੇਡਸ ਡਾਲੇ ਹੋਏ ਹੈ, ਪੰਖੇ ਹੈ, ਕਹੀਂ ਪੇ ਵੀ ਇਹ ਨਹੀਂ ਕਿ ਆਪਕੋ ਗਰਮੀ ਫੀਲ ਹੋ, ਰਾਦਰ ਦੇਨ ਆਪ ਧੂਪ ਮੇਂ ਜਬ ਜਾਤੇ ਹੋ ਬਸ। तो बाकी काफी अच्छा है, काफी अच्छा लग रहा है। मैं पहले भी आया सी, उसके बाद अब आया हूँ। अच्छे का प्रबंध है, काफी अच्छा लग रहा है इस बार आके। जेडे गर्मी तो बचने लिए जेडे प्रबंध किए गए ने, किवें दे प्रबंध ने, की कहना? बहुत वधिया प्रबंध ने जी, बहुत वड्डा उपराला। गर्मी तो राहत लई चाननियां लाईयां होईयां संगत वास्ते, टाट बसाए होए आ, टाटां ते पानी भी बकायदा पा रहे, सारियां सुविधां लगियां होईयां। किसी नूं भी जो भी संगत आ रही है, किसी भी तरह की कोई मुश्किल नहीं है। गर्मी इस बार एडवांस तुहाडे आले पासे सारे पंजाब च ही हो गई है, तां जिहे ते जिहे प्रबंध जरूरी सी? बहुत जरूरी सी जी। कोई मतलब भी एडवांस गर्मी बहुत ज्यादा आ, पर फिर भी महसूस नहीं हुंदा। ऐसी मतलब भी प्रबंधा नूं देख के भी किसी तरह की कोई गर्मी महसूस नहीं होंगी। सर, की नाम है जी? जगतार सिंह है जी। जगतार जी, तुसी की कहना चाहते हो? तुसी जोड़े घर तो इत्थों तक आए हो, गर्मी के प्रबंधा बारे की कहना चाहते हो? जी, बहुत सोहना प्रबंध किया हुआ जी, ते थले मैट बसाए हुए ने लंघन वास्ते, बाकी चानियां लगिया नेगियां, ते मतलब शुरू तो लागे वधिया सोहना प्रबंध है। पार्किंग का भी वधिया है, गड्डी खड़ाने वास्ते पार्किंग का भी वधिया है, उदो ही चल लगे। जिहड़े असीं गर्मी दा कर रहे कि पखे कूलर भी जिहड़े लगे ने, इस बारे की कहना? पानी जां छिड़काव? हांजी हांजी, बाकी संगत नाल वधिया प्रबंध किया होया जी, आ चानियां भी लगिया नेगियां, बाकी जे होर भी हो जाए तां भी वधिया, वध तों वध सेवा करो।
इस बार गर्मी ने अप्रैल महीने दे विच ही जोर फड़ लिया है। गर्मी का असर फसलों से भी पिया है, आम जिंदगी भी प्रभावित हो रही है। आम तौर पर मई के अद्ध दे विच जाके जिहड़ी गर्मी है तिखी पैंदी है, पर इस बार गर्मी अप्रैल दे अद्ध दे विच ही पैणी शुरू हो गई सी। तां श्रोमणी गुरुद्वारा प्रबंधक कमेटी वालों सचखंड श्री हरिमंदर साहिब विखे जिहड़े लखां दी गिनती श्रद्धालु आउंदे ने गर्मी दे मौसम दे विच परिक्रमा दे विच गर्मी नाल उन्हां नूं किसे किस्म दी मुश्किल ना आवे तां हर वाल प्रबंध कीते जांदे ने। इस बार भी श्रोमणी कमेटी ने जिहड़े इह अगाऊं प्रबंध सी एडवांस प्रबंध कर ले सी, तां साडे नाल मैनेजर ने दरबार साहिब दे सरदार सतनाम सिंह जी रियाड़ साहब नाल गलबात करदे आं। तां रियाड़ साहब, इस बार गर्मी एडवांस आ गई ਤਾਂ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆਵੇ, ਪਰਿਕਰਮਾ ਚ ਵੀ ਲੋਕ ਕਾਫੀ ਜਿਹੜੀ ਪਰਿਕਰਮਾ ਕਰਦੇ ਨੇ ਹਜ਼ਾਰਾਂ ਦੀ ਗਿਣਤੀ ਚ ਖੜੇ ਰਹਿੰਦੇ ਨੇ ਔਰ ਸੰਗਤ ਵੀ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀ, ਕਿਵੇਂ ਦੇ ਪ੍ਰਬੰਧ ਕੀਤੇ ਗਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀ ਆ ਸੰਗਤਾਂ ਵਾਸਤੇ, ਜਿੱਥੋਂ ਵੀ ਉਹ ਪੈਦਲ ਚੱਲਦੇ ਨੇ, ਜੋੜੇ ਘਰ ਤੋਂ ਜੋੜੇ ਉਤਾਰਦੇ ਨੇ, ਉੱਥੋਂ ਵੀ ਭਾਵੇਂ ਘੰਟਾ ਘਰ ਦੇ ਬਾਹਰ ਹੋਵੇ, ਚਾਹੇ ਆਟਾ ਮੰਡੀ ਗੇਟ ਦੇ ਬਾਹਰ ਹੋਵੇ, ਖਜ਼ਾਨਾ ਗੇਟ ਦੇ ਬਾਹਰ ਹੋਵੇ, ਕਿਸੇ ਵੀ ਗੇਟ ਤੋਂ ਬਾਹਰ ਜਿੱਥੋਂ ਵੀ ਜੋੜੇ ਲਾ ਦਿੰਦੇ ਨੇ, ਉੱਥੋਂ ਲਾ ਕੇ ਅਤੇ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਜੋੜੀ ਤੱਕ ਆਪਾਂ ਮਤਲਬ ਵੀ ਹਰ ਥਾਂ 'ਤੇ ਟਾਟ ਵਸਾਏ ਨੇ, ਉਹਨਾਂ ਦੇ ਉੱਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਂਦਾ। ਹਰ 2 ਘੰਟੇ ਬਾਅਦ, ਘੰਟੇ ਡੇਢ ਘੰਟੇ 2 ਘੰਟੇ ਬਾਅਦ ਉਹਨਾਂ ਦੇ ਉੱਤੇ ਪਾਣੀ ਤਰੋਕਣ ਵਾਸਤੇ ਵੱਖਰੇ ਸੇਵਾਦਾਰਾਂ ਦੀ ਡਿਊਟੀਆਂ ਲਾਈਆਂ ਨੇ। ਉਸ ਤੋਂ ਇਲਾਵਾ ਜਿਵੇਂ ਘੰਟਾ ਘਰ ਦੇ ਬਾਹਰਲੇ ਪਾਸੇ ਜੁੜੇ ਘਰ ਤੋਂ ਚਰਨ ਗੰਗਾ ਤੱਕ ਹੈ, ਉਹ ਟਾਟ ਤਾਂ ਵੱਖਰੇ ਵਸਾਏ ਨੇ, ਉੱਪਰ ਸੀਲਿੰਗ ਚਾਨਣੀਆਂ ਵੀ ਲਾਈਆਂ ਨੇ, ਕਿਉਂਕਿ ਧੁੱਪ ਤੋਂ ਵੀ ਜਿਹੜੀ ਆਪਾਂ ਨੂੰ ਸੰਗਤਾਂ ਨੂੰ ਰਾਤ ਜਿਹੜੀ ਆਪਾਂ ਨੂੰ ਮਿਲ ਸਕੇ। ਇਸ ਤੋਂ ਇਲਾਵਾ ਜਦੋਂ ਸੰਗਤਾਂ ਦੀ ਜ਼ਿਆਦਾ ਆਮਦ ਹੁੰਦੀ ਆ, ਜੋ ਪਰਿਕਰਮਾ ਦੇ ਵਿੱਚ ਆਉਂਦੀਆਂ ਨੇ ਕਾਫੀ ਤਾਦਾਦ ਦੇ ਵਿੱਚ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਮਸਕਾਰ ਕਰਨ ਵਾਸਤੇ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਨੇ, ਉਹਨਾਂ ਨੂੰ ਕਈ ਵਾਰੀ ਸੰਗਤਾਂ ਨੂੰ 2-2, 3-3 ਘੰਟੇ ਵੀ ਲੱਗ ਜਾਂਦੇ ਨੇ ਦਰਸ਼ਨ ਕਰਦੇ। ਪਰੰਤੂ ਹਰ ਸੰਗਤਾਂ ਦੇ ਵਾਸਤੇ, ਉਹਨਾਂ ਦੀ ਸਹੂਲਤ ਵਾਸਤੇ ਅਸੀਂ ਹਰ ਪੱਖੋਂ ਤਤਪਰ ਰਹਿੰਦੇ ਹਾਂ, 24 ਘੰਟੇ ਦਿਨ ਰਾਤ ਸੰਗਤਾਂ ਦੀ ਸੇਵਾ ਵਿੱਚ। ਜਿਵੇਂ ਪੱਖੇ ਲਗਾਏ ਨੇ, ਪਾਣੀ ਵਾਲੇ ਪੱਖੇ ਲੱਗੇ ਨੇ, ਸੀਲਿੰਗ ਉੱਪਰ ਵਾਲੇ ਪੱਖੇ ਲੱਗੇ ਨੇ, ਔਰ ਪਰਿਕਰਮਾ ਦੇ ਵਿੱਚ ਦਰਸ਼ਨ ਜੋੜੀ ਅਤੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਵਿੱਚ ਵਾਲੀ ਜਗ੍ਹਾ 'ਤੇ ਸਾਰੀ ਦੇ ਉੱਤੇ ਹੀ ਆਪਾਂ ਚਾਨਣੀਆਂ ਲਾਈਆਂ ਨੇ, ਤਾਂ ਜੋ ਕਿ ਸੰਗਤਾਂ ਖੜੀਆਂ ਵੀ ਆਉਂਦੀਆਂ ਨੇ, ਲਾਈਨਾਂ 'ਚ ਵੀ ਲੱਗੀਆਂ ਹੁੰਦੀਆਂ ਨੇ, ਕਿਸੇ ਨੂੰ ਕੋਈ ਦਿੱਕਤ ਇਹ ਕੋਈ ਗਰਮੀ ਮਹਿਸੂਸ ਨਾ ਕਰ ਸਕੇ ਜੀ। ਹਾਂਜੀ, ਤਾਂ ਸਰ ਇਹ ਜਿਹੜੇ ਇਸ ਵਾਰ ਆਮ ਤੌਰ ਤੇ ਇਹ ਮਈ ਦੇ ਮਹੀਨੇ ਤੁਸੀਂ ਪ੍ਰਬੰਧ ਕਰਦੇ ਸੀ, ਤਾਂ ਇਸ ਵਾਰ ਫਿਰ ਤੁਹਾਨੂੰ ਐਡਵਾਂਸ ਕਰਨੇ ਪਏ, ਤਿਆਰੀ ਸੀ ਕਿ ਮੌਸਮ ਤੋਂ ਪਤਾ ਲੱਗ ਗਿਆ ਸੀ? ਇਹ ਤਾਂ ਮੌਸਮ ਦੇ ਅਨੁਸਾਰ ਹੀ ਆਪਾਂ ਚੱਲਦੇ ਹਾਂ, ਸਾਨੂੰ ਕੋਈ ਇਹ ਨਹੀਂ ਹੈਗਾ ਕਿ ਆਪਾਂ ਮਈ ਮਹੀਨੇ 'ਚ ਹੀ ਕਰਨੇ ਆ ਜਾਂ ਅਪ੍ਰੈਲ 'ਚ ਨਹੀਂ ਕਰਨੇ। ਇਹ ਤਾਂ ਜਦੋਂ ਗਰਮੀ ਮਹਿਸੂਸ ਹੋਈ ਆ ਆਪਾਂ ਨੂੰ, ਮਹਿਸੂਸ ਹੋਈ ਆ ਤਾਂ ਸੰਗਤਾਂ ਨੂੰ ਵੀ ਆ, ਅਤੇ ਆਪਾਂ ਤਾਂ ਇੱਥੇ ਬੈਠੇ ਹੀ ਸੰਗਤਾਂ ਦੇ ਮਤਲਬ ਸੇਵਾ ਲਈ ਹਾਜ਼ਰ ਹਾਂ, 24 ਘੰਟੇ ਹਾਜ਼ਰ ਹੈ ਇੱਥੇ, ਤਾਂ ਕੋਈ ਵੀ ਕਿਸੇ ਸੰਗਤ ਨੂੰ ਕੋਈ ਮੁਸ਼ਕਲ ਦਿੱਕਤ ਆਉਂਦੀ ਆ ਤਾਂ ਉਹਦਾ ਆਪਾਂ ਹੱਲ ਕੱਢਦੇ ਹਾਂ। ਸਰ ਜਿਵੇਂ ਸੰਗਤਾਂ ਨਤਮਸਤਕ ਹੋ ਜਾਂਦੀਆਂ ਦਰਸ਼ਨੀ ਡਿਊਟੀ ਦੇ ਬਾਹਰ ਵੀ ਕਾਫੀ ਜਿਹੜੀ ਆ ਸੰਗਤ ਲਾਈਨਾਂ 'ਚ ਲੱਗੀਆਂ ਰਹਿੰਦੀਆਂ, ਤਾਂ ਇਸ ਪਾਸੇ ਕਿਵੇਂ ਦੇ ਪ੍ਰਬੰਧ ਨੇ ਦੋਵੇਂ ਪਾਸੇ, ਕਿਉਂਕਿ ਜਿੱਥੋਂ ਕੜਾਹ ਪ੍ਰਸ਼ਾਦੀ ਦੇਗ ਲੈ ਕੇ ਅੰਦਰ ਜਾਂਦੇ ਨੇ ਤਾਂ ਇੱਥੇ ਸੰਗਤ ਕਾਫੀ ਖੜੀ ਰਹਿੰਦੀ ਹੈ, ਤਾਂ ਇਸ ਪਾਸੇ ਕਿਵੇਂ ਦੇ? ਦਰਸ਼ਨ ਡਿਊਟੀ ਦੇ ਪਾਸੇ ਦੋਨੋਂ ਸਾਈਡਾਂ 'ਤੇ, ਝੰਡੇ ਬੰਗੇ ਵਾਲੀ ਸਾਈਡ ਵੀ ਅਤੇ ਕੜਾਹ ਪ੍ਰਸ਼ਾਦ ਵਾਲੀ ਸਾਈਡ ਵੀ, ਕੋਸ਼ਿਸ਼ ਤਾਂ ਇਹੀ ਕਰੀਦੀ ਆ ਕਿ ਹਰ ਰੋਜ਼ ਬੀਬੀਆਂ ਅਤੇ ਬੱਚਿਆਂ ਨੂੰ ਇੱਕ ਛੋਟੀ ਲਾਈਨ 'ਚ ਲਾਇਆ ਜਾਵੇ, ਅਤੇ ਬਜ਼ੁਰਗ ਅਤੇ ਜਿਹੜੇ ਜੈਂਟਸ ਉਹਨਾਂ ਨੂੰ ਇੱਕ ਵੱਖਰੀ ਲਾਈਨ 'ਚ ਲਾਇਆ ਜਾਵੇ। ਉਹਨਾਂ ਦੇ ਵਿੱਚ ਫਿਰ ਵੀ ਇੱਕ ਅਸੀਂ ਦਰਸ਼ਨ ਜੋੜੀ ਦੇ ਲਾਗੇ ਇੱਕ ਆਰਜੀ ਸਬੀਲ ਲਾ ਲੈਂਦੇ ਹਾਂ, ਜੇ ਸੰਗਤ ਜ਼ਿਆਦਾ ਹੋਵੇ ਤਾਂ ਆਪਣੇ ਸੇਵਾਦਾਰ ਸਭਾ ਸੁਸਾਇਟੀਆਂ ਵਾਲੇ ਦੇ ਸਹਿਯੋਗ ਦੇ ਨਾਲ ਉਹ ਸੰਗਤਾਂ ਨੂੰ ਅੰਦਰ ਜਲ ਸਪਲਾਈ ਜਿਹੜੇ ਉਹ ਕਰਦੇ ਕਰੀ ਜਾਂਦੇ ਨੇ, ਜਿੱਥੋਂ ਤੱਕ ਵੀ ਆਪਾਂ ਨੂੰ ਕੋਈ ਲੋੜ ਪੈਂਦੀ ਆ ਆਪਾਂ ਪੱਖਿਆਂ ਦੀ ਵੀ ਜਲ ਦੀ ਵੀ ਸੇਵਾ ਜਿਹੜੀ ਹੈ ਮੁਹੱਈਆ ਕਰਵਾਈ ਜਾਂਦੀ। ਉੱਪਰ ਸਰ ਜਿਹੜੀ ਸਿਰ ਦੇ ਉੱਤੇ ਕਵਰ ਕਰਨ ਲਈ ਉੱਥੇ ਫਿਰ ਚਾਨਣੀਆਂ ਵਗੈਰਾ ਦੇ ਪ੍ਰਬੰਧ ਵੀ ਕੀਤੇ? ਬਿਲਕੁਲ ਜੀ, ਜਿੱਥੇ ਸੰਗਤ ਖੜਦੀ ਆ ਉਹਦੇ ਉੱਪਰ ਵੀ ਪੱਖੇ ਲੱਗੇ ਨੇ ਔਰ ਸਾਈਡਾਂ ਤੋਂ ਵੀ ਪੱਖੇ ਲੱਗੇ ਨੇ, ਔਰ ਵਿੱਚ ਗੈਪ ਵੀ ਥੋੜ੍ਹਾ ਜਿਹਾ ਰੱਖੀਦਾ ਵਾ ਕਿ ਸੰਗਤ ਜ਼ਿਆਦਾ ਹੁਮਸ ਦੇ ਵਿੱਚ ਵੀ ਹੋਣ ਕਰਕੇ ਜ਼ਿਆਦਾ ਕੋਈ ਪਰੇਸ਼ਾਨੀ ਨਾ ਆਵੇ, ਥੋੜ੍ਹਾ ਜਿਹਾ ਵਿੱਚ ਗੈਪ ਰੱਖ ਲਈਦਾ ਵੀ ਸੰਗਤ ਨੂੰ ਜਲ ਪਾਣੀ ਸੁਕਾਉਣ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਜਗ੍ਹਾ ਦੇ ਉੱਤੇ ਫਿਰ ਸਰ ਸੇਵਾਦਾਰ ਜਿਹੜੇ ਨੇ ਵੱਖਰੇ ਤੌਰ ਤੇ ਤੈਨਾਤ ਕਰ ਦਿੱਤੇ? ਬਿਲਕੁਲ ਜੀ, ਆਪਣੇ ਕੋਲ ਸੇਵਾਦਾਰ ਹੁੰਦੇ ਨੇ, ਜਿੱਥੇ ਆਪਾਂ ਨੂੰ ਲੋੜ ਪੈਂਦੀ ਉੱਥੇ ਉਹਨਾਂ ਦੀਆਂ ਡਿਊਟੀਆਂ ਲਾ ਦੇਈਦੀਆਂ ਨੇ, ਜੇ ਜਲ ਪਾਣੀ ਵਰਤਾਉਣ ਦੀ ਲੋੜ ਪੈਂਦੀ ਜਲ 'ਤੇ ਲਾ ਦੇਈਦੇ ਆ,
ते अपने को सेवादार महाराज की कृपा नाल काफी ने आई मतलब हर तरह के प्रबंध जिहड़े कीते जांदे ने। मैंने साहब जिहड़ी परिक्रमा की गल कीती है परिक्रमा दे उत्ते चलदे चलदे टाट भी जिहड़े ने ओह देखीदा गर्म हो जांदे ने उहनां दे उपर भी लगातार पानी का छिड़काव हुंदा किन्ने किन्ने चिर बाद और होर की तुसीं करदे कि जिहड़ा ओह भी ना परिक्रमा करदे भी जिहड़े जिहड़े पैर ना सड़े। कोई परिक्रमा दे विच इक ते तीन बजे तो वैसे भी एक बजे धुवाई हो जाती है फर्श मतलब पत्थर की क्योंकि ज्यादा तप गर्मी पैण करके पत्थर तपदा भी है तो धोण दे नाल थोड़ा ठंडा हो जाता कोई रात महसूस होंदी है। उस तो अलावा मतलब डबल टाट बसाए होंगे तो उन्होंने उत्ते जो अपन लगते हैं भी गर्म हो गए ने जो उत्ते चलना मुश्किल हुंदा वा तो वह अपने सेवादार उत्थे खड़े हुंदे ने आपो अपने साइडां दे उत्ते चारे कोनिया दे उत्ते सेवादार खड़े ने वह आप अपनी साइडां दे उत्ते उस वेले पानी जिहड़ा वा टाटां दे उत्ते पा दिंदे आ ਹਾਂਜੀ ਤੇ ਸੰਗਤ ਜਿਹੜੀ ਆਰਾਮ ਦੇ ਨਾਲ ਦਰਸ਼ਨ ਕਰੀ ਜਾਂਦੀ ਹੈ ਜੀ। ਤੁਹਾਡੀਆਂ ਟੀਮਾਂ ਵੀ ਸਰ ਜਿਵੇਂ ਤੁਸੀਂ ਆਪ ਵੀ ਹੁਣ ਨਿਰੀਖਣ ਕਰ ਰਹੇ ਸੀਗੇ ਗੁਰੂ ਘਰ ਦੇ ਵਿੱਚ ਤਾਂ ਤੁਹਾਡੀਆਂ ਟੀਮਾਂ ਵੀ ਲਗਾਤਾਰ ਇਸ ਚੀਜ਼ ਨੂੰ ਫਿਰ ਦੇਖਦੀ ਰਹਿੰਦੀਆਂ ਲਗਾਤਾਰ ਨਜ਼ਰ ਬਣੀ ਰਹਿੰਦੀ ਹੈ। ਬਿਲਕੁਲ ਜੀ ਅਸੀਂ ਇੱਥੇ ਮਤਲਬ ਵੀ ਮੈਨੇਜਰਾਂ ਦੀਆਂ ਡਿਊਟੀਆਂ ਵੀ ਲੱਗੀਆਂ ਨੇ ਤੇ ਹੋਰ ਸਾਡੇ ਨਾਲ ਇੰਚਾਰਜ ਸੁਪਰਵਾਈਜ਼ਰ ਵੀ ਲੱਗੇ ਨੇ ਉਹ ਸਾਰੇ ਇਹੀ ਦੇਖਭਾਲ ਕਰੀ ਜਾਂਦੇ ਨੇ ਵੱਖ ਵੱਖ ਥਾਵਾਂ ਤੇ ਇੰਚਾਰਜ ਉਪਕਰਮਾਂ ਦੇ ਸਾਡੇ ਵੱਖਰੇ ਇੰਚਾਰਜ ਨੇ ਉਪਕਰਮਾਂ ਦੀ ਦੇਖਭਾਲ ਕਰਦੇ ਨੇ ਕੜਾਹ ਪ੍ਰਸਾਦ ਵਾਲੇ ਕੜਾਹ ਪ੍ਰਸਾਦੀ ਕਰਦੇ ਨੇ ਅੰਦਰ ਵਾਲੇ ਜਿਹੜੇ ਉਹ ਅੰਦਰ ਦੀ ਦੇਖਭਾਲ ਕਰਦੇ ਨੇ ਹਰ ਤਰ੍ਹਾਂ ਦੇ ਕਰਦੇ ਨੇ। ਉਸ ਤੋਂ ਇਲਾਵਾ ਆਪਾਂ ਸਿਵਲ ਵਿੱਚ ਵੀ ਸਾਡੇ ਸੇਵਾਦਾਰ ਵਿੱਚ ਡਿਊਟੀਆਂ ਕਰਦੇ ਆ ਵੀ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਮੁਸ਼ਕਲ ਆਉਂਦੀ ਆ ਕੋਈ ਦਿੱਕਤ ਆਉਂਦੀ ਆ ਕੋਈ ਘਬਰਾਹਟ ਹੋਈ ਆ ਜਾਂ ਕਿਸੇ ਦਾ ਕੋਈ ਪੈਰ ਫਿਸਲ ਗਿਆ ਵਾ ਡਿੱਗ ਪਿਆ ਵਾ ਤਾਂ ਉਹਨਾਂ ਨੂੰ ਉਸ ਵੇਲੇ ਆਪਣੇ ਸੇਵਾਦਾਰ ਜਿਹੜੇ ਸਿਵਲ ਵਾਲੇ ਆ ਉਹ ਚੁੱਕ ਕੇ ਡਿਸਪੈਂਸਰੀ ਖੜਦੇ ਆ ਜੇਕਰ ਜ਼ਿਆਦਾ ਸੱਟ ਹੈ ਤਾਂ ਉਹਨਾਂ ਨੂੰ ਹਸਪਤਾਲ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ। ਸਰ ਜਿਹੜੇ ਇਸਦੇ ਨਾਲ ਇੱਕ ਸਵਾਲ ਸੀ ਕਿ ਉਮਸ ਦੇ ਵਿੱਚ ਵੀ ਜਿਹੜੇ ਲੋਕ ਨੇ ਕਿਸੇ ਵੇਲੇ ਚਲੋ ਗੁਰੂ ਘਰ ਰਿਹਾ ਬਟ ਅਨਕੋਸ਼ੀਅਸ ਹੋ ਜਾਂਦੇ ਉਸਦੇ ਲਈ ਵੀ ਮੈਡੀਕਲ ਸੇਵਾਵਾਂ ਜਿਹੜੀਆਂ ਨੇ ਤੁਹਾਡੇ ਵੱਲੋਂ ਇਹਦੇ ਵੀ ਅਰੇਂਜਮੈਂਟ? ਬਿਲਕੁਲ ਜੀ ਫ੍ਰੀ ਮਤਲਬ ਮੈਡੀਕਲ ਸੇਵਾਵਾਂ ਨੇ ਸਾਡੀਆਂ। ਫਿਰ ਵੀ ਜੇ ਕੋਈ ਗਰਮੀ ਦੇ ਨਾਲ ਜਾਂ ਕੋਈ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਕਿ ਕਿਸੇ ਦਾ ਪੈਰ ਤਿਲਕਣ ਕਰਕੇ ਕੋਈ ਸੱਟ ਪਿੱਟ ਵੀ ਲੱਗ ਜਾਂਦੀ ਆ ਅੰਦਰ ਉਪਕਰਮਾਂ ਦੇ ਵਿੱਚ ਅਸੀਂ ਉਹਨਾਂ ਨੂੰ ਫ੍ਰੀ ਮੈਡੀਸਨ ਕਰਾਉਂਦੇ ਹਾਂ ਤਾਂ ਫ੍ਰੀ ਉਹਨਾਂ ਦਾ ਇਲਾਜ ਗੁਰੂ ਰਾਮਦਾਸ ਹਸਪਤਾਲ ਤੋਂ ਕਰਦੇ ਹਾਂ। ਜਿਹੜੇ ਜੋੜੇ ਘਰ ਨੇ ਸਾਰੇ ਜਗ੍ਹਾ ਦੇ ਸਾਰੇ ਪਾਸੇ ਜਿਹੜੇ ਜੋੜਾ ਘਰ ਨੇ ਤਾਂ ਉਤੋਂ ਜਦੋਂ ਸੰਗਤ ਅੰਦਰ ਆਉਂਦੀ ਜਿਵੇਂ ਮੇਨ ਜਿਹੜਾ ਦੁਆਰ ਹੈ ਇਸ ਵਾਲੇ ਪਾਸੇ ਤਾਂ ਇੱਥੇ ਵੀ ਸੰਗਤਾਂ ਦੇ ਲਈ ਕਿਉਂਕਿ ਕਾਫੀ ਤੁਰਨਾ ਪੈਂਦਾ ਜੀ ਉਸ ਪਾਸੇ ਜਦੋਂ ਤੱਕ ਉਹ ਪਰਿਕਰਮਾ ਚ ਐਂਟਰ ਨਹੀਂ ਹੁੰਦੇ ਤਾਂ ਬਾਹਰ ਵਾਲੇ ਪਾਸੇ ਕਿਵੇਂ ਦੇ ਪ੍ਰਬੰਧ ਨੇ? ਬਾਹਰ ਵਾਲੇ ਪਾਸੇ ਵੀ ਸਾਡੇ ਵੇਖੋ ਜੀ ਘੰਟਾ ਘਰ ਦੇ ਬਾਹਰਲੇ ਪਾਸੇ ਆ ਉਧਰ ਸਬੀਲਾਂ ਦੇ ਪ੍ਰਬੰਧ ਵੀ ਕੀਤੇ ਨੇ ਜੁੜੇ ਘਰਾਂ ਦੇ ਲਾਗੇ ਔਰ ਉਧਰ ਵੀ ਆਪਾਂ ਜਿਹੜੀਆਂ ਚਾਨਣੀਆਂ ਲਾਈਆਂ ਨੇ ਥੱਲੇ ਮੈਟ ਵੀ ਵਿਛੇ ਨੇ ਉਹਨਾਂ ਤੋਂ ਇਲਾਵਾ ਅਸੀਂ ਮਤਲਬ ਵੀ ਬਾਹਰ ਘੰਟਾ ਘਰ ਪਲਾਜੇ ਦੇ ਉੱਤੇ ਚਾਰੇ ਤਰਫ ਮਤਲਬ ਟਾਟ ਵਿਛਾਏ ਨੇ ਜਾਂ ਕੋਈ ਕਿਸੇ ਨੂੰ ਸੰਗਤ ਨੂੰ ਇਹ ਕੋਈ ਦਿੱਕਤ ਹੀ ਨਾ ਆਵੇ ਕਿ ਸਾਡੇ ਪੈਰ ਛੱਡਦੇ ਨੇ ਜਾਂ ਕੋਈ ਮੁਸ਼ਕਲ ਆਵੇ ਜੀ ਸਾਰੇ ਪਾਸੇ ਵਿਛੇ ਉੱਪਰ ਵੀ ਸਰ ਬਕਾਇਦਾ ਕਵਰ ਕਰਨ ਦੇ ਲਈ ਕਿੰਨਾ ਕਿੰਨਾ ਏਰੀਆ ਕਵਰ ਕਰਦੇ ਜੀ ਚਾਨਣੀਆਂ ਵਾਲੇ ਜਿਹਨਾਂ ਮੁੱਖ ਜਿੱਥੋਂ ਜੋੜਾ ਘਰ ਉੱਥੋਂ ਲੈ ਕੇ ਐਂਟਰੈਂਸ ਤੱਕ ਜੋੜਾ ਘਰ ਤੋਂ ਲੈ ਕੇ ਚਰਨ ਗੰਗਾ ਤੱਕ ਜਿੱਥੇ ਤੱਕ ਆਪਣੇ ਮਤਲਬ ਹਾਂਜੀ ਵਾਸ਼ ਵੇਸ਼ਨ ਲੱਗੇ ਨੇ ਉੱਥੋਂ ਤੱਕ ਜਿਹੜੀ ਆ ਉਹ ਸੀਲਿੰਗ ਚਾਨਣੀਆਂ ਲਾਈਆਂ ਨੇ। ਹਾਂਜੀ ਇਸ ਤੋਂ ਇਲਾਵਾ ਸਰ ਜਿਹੜੇ ਪਰਿਕਰਮਾ ਦੇ ਦੌਰਾਨ ਜੋ ਗੁਰੂ ਘਰ ਹੋ ਗਏ ਲੰਗਰ ਹਾਲ ਵਾਲੇ ਪਾਸੇ ਜਾਂਦੇ ਨੇ ਤਾਂ ਉੱਥੇ ਵੀ ਕਾਫੀ ਜਿਹੜੀ ਆ ਹੁਮਸ ਹੋ ਜਾਂਦੀ ਕਿਉਂਕਿ ਚਲੋ ਤਾਂ ਇਸ ਦਿਨ ਇਸ ਪਾਸੇ ਫਿਰ ਕਿਵੇਂ ਦੇ ਅਰੇਂਜਮੈਂਟ ਨੇ ਲੰਗਰ? ਲੰਗਰ ਹਾਲ ਵਾਲੇ ਪਾਸੇ ਵੀ ਬਿਲਕੁਲ ਬਹੁਤ ਵਧੀਆ ਤੇ ਪਾਰਦਰਸ਼ੀ ਮਤਲਬ ਪ੍ਰਬੰਧ ਹੋਏ ਨੇ। ਜਦੋਂ ਆਪਾਂ ਇਧਰੋਂ ਦੁਪੰਜਨ ਬੇਰੀ ਦੇ ਲਾਗੋਂ ਆਪਾਂ ਲੰਗਰ ਹਾਲ ਨੂੰ ਜਾਂਦੇ ਹਾਂ ਉਧਰ ਬੜਾ ਵੱਡਾ ਤੇ ਬਹੁਤ ਸੋਹਣਾ ਮਤਲਬ ਜਿਹੜਾ ਵਾ ਟੈਂਟ ਲੱਗਿਆ ਹੋਇਆ ਵਾ ਕੋਈ ਉਧਰ ਧੁੱਪ ਦੀ ਦਿੱਕਤ ਨਹੀਂ ਆ ਪੈਰਿਆਂ ਦੇ ਥੱਲੇ ਵੀ ਆਪਾਂ ਟਾਟ ਮਤਲਬ ਜਿਹੜੇ ਆ ਪਲਾਕਟ ਦੇ ਜਿੱਥੇ ਪਲਾਕਟ ਦੇ ਵਿਛਾਏ ਜਿੱਥੇ ਜ਼ਿਆਦਾ ਪਾਣੀ ਆ ਜਿੱਥੇ ਘੱਟ ਪਾਣੀ ਦਾ ਵਾ ਉੱਥੇ ਆਪਾਂ ਮੁੰਜ ਦੇ ਵਿਛਾਏ ਆ। ਉਸ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਦੁਆਨਾ ਵਾਲੇ ਪਾਸੇ ਉੱਧਰ ਵੀ ਬਹੁਤ ਤਗੜਾ ਇੱਕ ਟੈਂਟ ਲਗਾਇਆ ਵਾ ਵੀ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਆਵੇ ਜੀ। ਮੈਨੂੰ ਸਾਹਿਬ ਇਸ ਤੋਂ ਇਲਾਵਾ ਐਤਵਾਰ ਵਾਲੇ ਦਿਨ ਸ਼ਨੀ ਐਤਵਾਰ ਗੁਰੂ ਘਰ 'ਚ ਰਸ਼ ਚਲੋ ਵੈਸੇ ਸਾਰਾ ਦਿਨ ਆਮ ਦਿਨਾਂ 'ਚ ਰਹਿੰਦਾ ਪਰ ਜ਼ਿਆਦਾ ਹੋ ਜਾਂਦਾ ਜਾਂ ਜਿਵੇਂ ਅਗਲੇ ਦਿਨਾਂ ਦੇ ਵਿੱਚ ਗੁਰਪੁਰਬ ਵੀ ਆਉਣ ਵਾਲੇ ਜਾਂ ਸ਼ਹੀਦੀ ਪੁਰਬ ਵੀ ਆਏਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਤਾਂ ਸੰਗਤ ਦੀ ਗਿਣਤੀ ਕਾਫੀ ਹੋ ਜਾਂਦੀ ਆ ਤਾਂ ਅਜਿਹੇ ਦੇ ਵਿੱਚ ਫਿਰ ਉਹਨਾਂ ਉਸ ਦਿਨ ਜਿਹੜੀ ਆ ਸੰਗਤਾਂ ਨੂੰ ਉਸ ਦਿਨ ਕਿਵੇਂ ਦੇ ਪ੍ਰਬੰਧ ਰਹਿੰਦੇ? ਦੇਖੋ ਜੀ ਗੁਰੂ ਘਰ ਤੋਂ ਚੱਲਦਾ ਹੀ ਸੰਗਤਾਂ ਦੇ ਨਾਲ ਹੈ ਤੇ ਇੱਥੇ ਤੇ ਸਾਡੇ ਕੋਈ ਮਹਾਰਾਜ ਦੀ ਕਿਰਪਾ ਵਾ ਵੀ ਲੱਖਾਂ ਦੀ ਗਿਣਤੀ 'ਚ ਵੀ ਆ ਜਾਵੇ ਤਾਂ ਲੱਖਾਂ ਦੇ ਪ੍ਰਬੰਧ ਵੀ ਸਾਡੇ ਕੋਲ ਨੇ। ਠੀਕ ਹੈ ਜੀ ਜਿੰਨੀ ਵੀ ਸੰਗਤ ਵੱਧ ਆਵੇਗੀ ਨਮਸਤਕ ਹੋਵੇਗੀ ਉਹ ਸੰਗਤਾਂ ਦੇ ਭਾਗ ਨੇ ਅਤੇ ਸਾਨੂੰ ਵੀ ਸੇਵਾ ਦਾ ਮੌਕਾ ਮਿਲਦਾ ਵਾ।
मैं कहना भी वो तो जिनी भी संगत आ सकती है हरेक संगत वास्ते मतलब भी प्रबंध जेडे किए जाते ने। हुण कई बारी सरावां दे कमरे ते सीमित हुंदे ने, उन्हां दीआं ते चलो कुछ मुश्किलां जिहड़ियां आउंदियां ने। जेकर संगत ज्यादा भी आ जाती है तो मंजी साहिब दुआ नाल भी अहीं कई बारी खोल दे संगतां वास्ते खोल देईदा वा, उत्थे भी संगतां आराम कर लैंदियां ने। जिन्नी मर्जी कोई संगत आ जाए कोई गल नहीं, जी आम संगत नूं अहीं संगत वास्ते इत्थे बैठे हां तत्पर। जी हां संगत नूं दर्शनी ड्यूटी दे बाहर देखा कूलर भी लगे ने वड्डे वड्डे जी, इस दा प्रबंध इस बार कीता जां जिहड़ी संगत ते पाणी वाले भी पक्खे भी हैगे ने? देखो जी समय समय दे नाल जिवें दे हालात आई जांदे ने जां मौसम आई जांदा उदां दे प्रबंध कीते जा सकदे ने। और समा चेंज हुंदा जांदा वा, उहदे विच कोई ना कोई चेंज आई जांदी, जिवें पहले फराटे पक्खे आई जांदे सीगे, उस तों बाद कूलर आ गए, कूलरां तों बाद हुण इह पाणी वाले पक्खे, इहनां दी होर हवा ठंडी भी आ और इहनां दे विच कोई हुमस भी नहीं हैगा। ते उह थोड़ा जिहा जिहड़ा पहले पानी वाले पक्षियों के थोड़ी जी दिक्कत आउंदियां ने, इन्हां दे विच कोई दिक्कत नहीं है, ठंडी हवा आउंदी है संगतां वास्ते इक आरामदायक वधिया चीज। आखरी सवाल, सेवादार सेवा करदे ने तुसीं वी सारा दिन परिक्रमा दे विच रहिंदे हो, संगतां नूं कोई मुश्किल ना आवे, सेवादार जिहड़े ने उह वी कई वारी देखिया कि उह वी पत्थर दे उत्ते जदों चलदे ने संगतां नूं कोई मुश्किल ना आवे, तां सेवादारां लई तुहाडे की रहे ने? क्योंकि गर्मी ते सारिआं दे लई बराबर है, सेवादार वी कई वारी चलदे ने, तां इन्हां दा फिर इन्हां नूं कोई मुश्किल ना आवे, इन्हां लई कैसे अरेंजमेंट करदे? कोई सेवादारा वास्ते भी आप सेवादारा दिया ना वख वख तरह मतलब शिफ्टां दे विच ड्यूटी ली जाती है, रेगुलर कट्ठी ड्यूटी नहीं ली जाती क्योंकि ज्यादा समा कोई खलो भी नहीं सकता, कोई ज्यादा फिर नहीं सकता, इह करके इन्हां दी मतलब जिहड़ियां ने ड्यूटियां आप शिफ्टां दे विच लैंदे आ, शिफ्ट वाइज आई जांदे ने उन्हां नूं मतलब कुछ कमरे भी इत्थे परिक्रमां दे विच अलाट ने। सेवादार जिहड़े अपनी ड्यूटी तो हटदे ने ते कमरे च जाके आराम कर लैंदे, आराम करन तो बाद जदों उहनां दी शिफ्ट आउंदी उदों फिर ड्यूटी ते आ जांदे ने, उहनां वास्ते कोई दिक्कत नहीं आ, लंगर पाणी चाह पाणी वी वधिया उहनां नूं सिखाया जांदा जी। जिस तरह दा मौसम है तुहाडे वल्लों उस तरह दे प्रबंध हर वार कीते जांदे? हर कीते जांदे हां जी। ਧੰਨਵਾਦ ਜੀ। ਤਾਂ ਇਹ ਮੈਨੇਜਰ ਸਰਦਾਰ ਸਤਰਾਮ ਸਿੰਘ ਰਿਆੜ ਦਾ ਪੂਰੀ ਡਿਟੇਲ ਦੇ ਵਿੱਚ ਮੈਨੇਜਰ ਸਾਹਿਬ ਨੇ ਦੱਸਿਆ ਕਿ ਜਿਵੇਂ ਦਾ ਮੌਸਮ ਹੁੰਦਾ ਹੈ ਉਦਵੇਂ ਦੇ ਪ੍ਰਬੰਧ ਕੀਤੇ ਜਾਂਦੇ ਨੇ। ਤਾਂ ਗਰਮੀ ਦਾ ਮੌਸਮ ਚੱਲ ਰਿਹਾ, ਗਰਮੀ ਐਡਵਾਂਸ ਸ਼ੁਰੂ ਹੋ ਗਈ ਹੈ, ਤਾਂ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ, ਪੈਰ ਨਾ ਸੜਨ ਜਾਂ ਸਿਰ ਦੇ ਜਾਂ ਉੱਪਰੋਂ ਗਰਮੀ ਨਾ ਪਵੇ। ਜਿੱਥੇ ਨੀਚੇ ਟਾਟ ਵਿਛਾਏ ਗਏ ਨੇ ਪਰਿਕਰਮਾ ਦੇ ਵਿੱਚ ਜਾਂ ਜਿੱਥੇ ਸੰਗਤ ਨੇ ਖੜਨਾ ਹੁੰਦਾ ਹੈ ਤਾਂ ਲਗਾਤਾਰ ਉੱਤੇ ਪਾਣੀ ਦਾ ਛਿੜਕਾਅ ਹੋ ਰਿਹਾ ਹੈ ਤੇ ਵੱਖ ਵੱਖ ਥਾਵਾਂ ਤੇ ਚਾਨਣੀਆਂ ਨਾਲ ਕਵਰ ਵੀ ਕੀਤਾ ਗਿਆ, ਹਵਾਦਾਰ ਪੱਖੇ ਵੀ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਦਰਸ਼ਨੀ ਡਿਊਟੀ ਦੇ ਵਿੱਚ ਪਾਣੀ ਦੀ ਵਿਵਸਥਾ ਵੀ ਕੀਤੀ ਗਈ ਹੈ। ਔਰ ਗੁਰੂ ਘਰ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਮੈਡੀਕਲ ਸੇਵਾਵਾਂ ਵਿੱਚ ਹਰ ਵੇਲੇ ਉਪਲਬਧ ਰਹਿੰਦੀਆਂ ਨੇ। ਤਾਂ ਸ਼੍ਰੋਮਣੀ ਕਮੇਟੀ ਨੇ ਬਾਖੂਬੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਪ੍ਰਬੰਧ ਕੀਤੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਰੋਜ਼ਾਨਾ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ, ABP ਸਾਂਝਾ, ਅੰਮ੍ਰਿਤਸਰ।